हरिंग साहब टुडे समाचारों में आपका स्वागत है। तेरी सेवा तुझते हुए खबर न दूजा करता, उस निरंकार दी गुरु साहबां दी सेवा, गुरु साहब आप ही अपनी सेवा करते हैं, कोई दुनिया का मनुख सेवा नहीं कर सकता। वास्तव जाके देखिए कि उस सारियां दे विच करता पुरख होके आ बैठा होया, सारियां दे विच करता पुरख हो करके आ बैठा होया, जोत रूप हो करके आ बैठा होया। जदों जोत रूप करके आ बैठा सारियां जीवां दे विच ते अपने करता आप कर देखे, ਉਹ ਸਾਰੀ ਸੇਵਾ ਫਿਰ ਆਪ ਹੀ ਕਰ ਰਿਹਾ, ਕੋਈ ਦੁਨੀਆਂ ਦਾ ਮਨੁੱਖ ਨਹੀਂ ਕਰ ਸਕਦਾ। ਕਿਉਂਕਿ ਸੇਵਾ ਕਰਨੀ ਸੌਖੀ ਹੈ ਅਤੇ ਸੰਭਾਲਣੀ ਔਖੀ ਹੈ, ਸੇਵਾ ਕਰਨੀ ਸੌਖੀ ਆ ਸੰਭਾਲਣੀ ਔਖੀ ਹੈ। ਅੱਜ ਜਿਹਨਾਂ ਮਹਾਂਪੁਰਸ਼ਾਂ ਨੇ ਸੇਵਾ ਕਰਕੇ ਅਤੇ ਸੇਵਾ ਨੂੰ ਸੰਭਾਲਿਆ ਸੀ, ਅੱਜ ਆਪਾਂ ਉਹਨਾਂ ਦੀ ਬਰਸੀ ਮਨਾ ਰਹੇ, ਉਹਨਾਂ ਦੀ ਯਾਦ ਵਿੱਚ ਬੈਠੇ ਹੋਏ। ਸੰਤ ਬਾਬਾ ਦਲੀਪ ਸਿੰਘ ਜੀ, ਸੰਤ ਬਾਬਾ ਜੀਵਨ ਸਿੰਘ ਜੀ, ਸੰਤ ਬਾਬਾ ਹਰੀ ਸਿੰਘ ਜੀ, ਸੰਤ ਬਾਬਾ ਸ਼ੀਸ਼ਾ ਸਿੰਘ ਜੀ, ਚਾਹੋ ਮਹਾਂਪੁਰਸ਼ਾਂ ਦੀ ਸਾਲਾਨਾ ਯਾਦ ਵਿੱਚ ਆਪਾਂ ਜੁੜ ਕਰਕੇ ਬੈਠੇ ਹਾਂ। ਹੁਣੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਨੇ ਕਾਰ ਸੇਵਾ ਬਾਰੇ ਕਿਤਰਾਂ ਕਿਤਰਾਂ ਉਹਨਾਂ ਮਹਾਂਪੁਰਸ਼ਾਂ ਨੇ ਸੇਵਾ ਕਰਾਈਆਂ, ਕਿੱਥੇ ਕਿੱਥੇ ਸੇਵਾਵਾਂ ਹੋਈਆਂ, ਉਹ ਸਾਰਾ ਵਿਸਤਾਰ ਦੇ ਨਾਲ ਤੈਨੂੰ ਦੱਸਿਆ। ਅਤੇ ਜਿਹੜੇ ਮਹਾਂਪੁਰਸ਼ ਸੇਵਾ ਕਰਾਉਂਦੇ ਆ ਉਹ ਆਪਾ ਭਾਵ ਖਤਮ ਕਰਕੇ ਪਹਿਲਾਂ ਮਰਨਾ ਪੈਂਦਾ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋਰ ਸਭਨਾ ਕੀ ਰੇਣਕਾ ਤੋਂ ਆਹ ਹਮਾਰੇ ਪਾਸ। ਚਾਹੇ ਉਹ ਧਰਮ ਯੁੱਧ ਮੋਰਚੇ ਵਿੱਚ ਸ਼ਹੀਦ ਹੋਣਾ, ਉਹ ਸ਼ਹੀਦ ਵੀ ਉਹ ਗਿਆ ਜਾਂਦਾ ਜਿਹੜਾ ਆਪਾ ਵਾਰਦਾ, ਜਿਹੜਾ ਸੀਸ ਲੇਖੇ ਲਾ ਦੇ ਧਰਮ ਦੇ ਲੇਖੇ। ਅਤੇ ਸੇਵਾ ਦੇ ਵਿੱਚ ਵੀ, ਸਿਮਰਨ ਦੇ ਵਿੱਚ ਵੀ, ਆਤਮਕ ਅਵਸਥਾ ਦੇ ਵਿੱਚ ਵੀ ਉਹ ਉਸ ਰੁਤਬੇ ਦੇ ਪਹੁੰਚ ਸਕਦਾ ਜਿਹਨੇ ਆਪਣਾ ਆਪ ਕੁਰਬਾਨ ਕਰ ਦਿੱਤਾ, ਜਿਹਨੇ ਆਪਣਾ ਆਪ ਕੁਰਬਾਨ ਕਰ ਦਿੱਤਾ। ਪਹਿਲਾਂ ਮਰਨ ਕਬੂਲ, ਪਹਿਲਾਂ ਮਰਨ ਕਬੂਲਣਾ ਪੈਂਦਾ ਤਾਂ ਸੇਵਾ ਹੁੰਦੀ ਹੈ। ਜੀਵਨ ਕੀ ਛੱਡ ਆਸ, ਜੀਵਨ ਦੀ ਆਸ ਹੀ ਨਾ ਮਨ 'ਚ ਰੱਖਣੀ, ਕਿਉਂਕਿ ਸੇਵਾ ਜਿਹੜੀ ਆ ਇਹ ਬੜੀ ਪਵਿੱਤਰ, ਔਰ ਇਹ ਸੇਵਾ ਜਿਹੜੀ ਆ ਸੱਚਖੰਡ 'ਚ ਨਿਵਾਸ ਦਿੰਦੀ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕਰਕੇ ਦਸਾਂ ਪਾਤਸ਼ਾਹੀਆਂ ਦੇ ਟਾਈਮ 'ਤੇ, ਉਹਨਾਂ ਤੋਂ ਬਾਅਦ ਅੱਜ ਤੱਕ ਜਿੰਨੇ ਜਿੰਨੇ ਵੀ ਹਉਮੈ ਤੋਂ ਰਹਿਤ ਹੋ ਕੇ ਸੇਵਾ ਕੀਤੀ ਆ, ਅਤੇ ਨਿਰੰਕਾਰ ਨੇ ਉਹਦੀ ਝੋਲੀ ਦੇ ਵਿੱਚ ਬਹੁਤ ਵੱਡੀਆਂ ਦਾਤਾਂ ਪਾਈਆਂ। ਸੇਵਾ ਕਰਨੀ ਸੌਖੀ ਹੈ ਅਤੇ ਸੰਭਾਲਣੀ ਔਖੀ ਹੈ, ਆਪਾਂ ਦੋ ਤਿੰਨ ਦ੍ਰਿਸ਼ਟਾਂਤ ਦੇਣੇ ਹਨ। ਜਿਵੇਂ ਪ੍ਰਾਤਨ ਸਮਿਆਂ ਵਿੱਚ ਕੱਚੇ ਕੋਠੇ ਹੁੰਦੇ ਸੀ, ਅਤੇ ਪੁਰਾਣਿਆਂ ਸਮਿਆਂ ਦੇ ਵਿੱਚ ਕਣਕ ਜਿਹੜੀ ਆ ਉਹ ਫਲਿਆ ਨਾਂਗਾ ਹੀ ਜਾਂਦੀ ਸੀ, ਕਿਸਾਨ ਜਿਹੜਾ ਵਾ ਕਣਕ ਬੀਜਦਾ ਵਾ, ਫਿਰ ਉਹਨੂੰ ਪਾਣੀ ਲਾਉਂਦਾ ਵਾ, ਪਾਣੀ ਲਾ ਕੇ ਅਤੇ ਗੁਰੂ ਕੀ ਸੰਗਤ ਫਿਰ ਵੱਤਰ ਆਉਂਦੀ ਆ ਅਤੇ ਉਹ 'ਚੋਂ ਗੰਦ ਉੱਗਦਾ ਅਤੇ ਗੰਦ ਵੀ ਕੱਢਦਾ, ਫਿਰ ਉਹ ਕਣਕ ਪੱਕ ਪੈਂਦੀ ਆ, ਫਿਰ ਉਹ ਗਾਹੀ ਜਾਂਦੀ ਆ, ਗਾਹ ਕੇ ਉਹਦਾ ਬੋਲ ਬਣਾਇਆ ਜਾਂਦਾ, ਬੋਲ ਬਣਾ ਕੇ ਅਤੇ ਗੁਰੂ ਕੀ ਸੰਗਤ ਕਿਸਾਨ ਜਿਹੜਾ ਸੀ ਉਹ ਆਪਣੇ ਘਰ ਲੈ ਜਾਂਦਾ ਸੀ,
ਤੇ ਘਰ ਕਮਰੇ ਦੇ ਅੰਦਰ ਇੱਕ ਕੋਠੀ ਬਣਾਈ ਹੁੰਦੀ ਸੀ। ਅੱਜ ਤਾਂ ਉਹ ਲੋਹੇ ਦੇ ਭੜੋਲੇ ਜਿਹੇ ਬਣੇ ਆ, ਪੁਰਾਣੇ ਸਮਿਆਂ ਵਿੱਚ ਕੋਠੀਆਂ ਬਣਾਈਆਂ ਹੁੰਦੀਆਂ ਸੀ। ਉਹਨਾਂ ਕੋਠੀਆਂ ਦੇ ਅੰਦਰ ਦਾਣੇ ਪਾ ਕੇ ਉਹ ਤੋਂ ਲਿਪ ਦੇਣਾ। ਜਦੋਂ ਬਰਸਾਤ ਪੈਣੀ ਤੇ ਉਦੋਂ ਉਸ ਜ਼ਿਮੀਂਦਾਰ ਨੇ ਮਕਾਨ ਦੀ ਛੱਤ ਦੇਖਣੀ, ਕੋਠੀ ਦੇਖਣੀ, ਕਿਤੇ ਉੱਤੇ ਚੋਵਾ ਤਾਂ ਨਹੀਂ ਪੈ ਗਿਆ, ਜਿਹਨੂੰ ਆਪਾਂ ਛੱਤ ਲੀਕੇਜ ਕਹਿ ਦਿੰਦੇ ਅੱਜ, ਉਹਨੂੰ ਚੋਵਾ ਕਹਿੰਦੇ ਸੀ। ਛੱਤ ਲੀਕ ਹੋਣੀ ਉਹਨੂੰ ਪੁਰਾਤਨ ਸਮੇਂ 'ਚ ਚੋਵਾ ਕਹਿੰਦੇ ਸੀ। ਤਾਂ ਗੁਰੂ ਕੀ ਸੰਗਤ ਕਿਸਾਨ ਨੇ ਉੱਤੋਂ ਨਿਗਾਹ ਰੱਖਣੀ ਵੀ ਬਰਸਾਤ ਪੈਂਦੀ ਆ, ਕਿਤੇ ਉੱਤੋਂ ਚੋਵਾ ਪੈ ਗਿਆ ਕੋਠੀ ਦੇ ਉੱਤੇ, ਜੇ ਦਾਣੇ ਪਾਏ ਆ, ਜੇ ਉਹ ਦਾਣਿਆਂ ਦੇ ਉੱਤੇ ਚੋਆ ਪੈ ਗਿਆ ਨਾ ਕੋਠੀ ਦੇ ਉੱਤੇ, ਤੇ ਦਾਣੇ ਗਿੱਲੇ ਹੋ ਗਏ, ਤੇ ਦਾਣੇ ਨਾ ਤਾਂ ਬੀਜ ਜੋਗੇ ਰਹਿਣੇ ਆ ਤੇ ਨਾ ਖਾਣ ਜੋਗੇ ਰਹਿਣੇ, ਸਾਰੇ ਦਾਣੇ ਖਰਾਬ ਹੋ ਜਾਣੇ। ਇਸ ਕਰਕੇ ਕਿਸਾਨ ਦੀ ਨਿਗਾਹ ਜਿਹੜੀ ਵਾਰ ਵਾਰ ਉਸ ਕੋਠੀ 'ਤੇ ਜਾਂਦੀ ਸੀ, ਬਰਸਾਤ ਜਾਂ ਜਾਂਦੀ ਸੀ, ਅਤੇ ਉਹ ਦਾਣਿਆਂ ਦੇ ਬਚਾਅ ਵਾਸਤੇ ਹਰ ਪੱਖ ਤੋਂ ਦੀ ਨਿਗਾਹ ਰੱਖਦਾ ਸੀ। ਇਸੇ ਤਰ੍ਹਾਂ ਹੀ ਗੁਰੂ ਕੀ ਸੰਗਤ ਜਦੋਂ ਸੇਵਾਦਾਰ ਫੁਰਨਾ ਬਣਾ ਕੇ ਵੀ ਮੈਂ ਗੁਰੂ ਘਰ ਜਾ ਕੇ ਸੇਵਾ ਕਰਨੀ ਆ, ਜਦੋਂ ਗੁਰੂ ਘਰ ਆਣ ਕੇ ਸੇਵਾ ਕਰਦਾ ਨਾ, ਸੇਵਾ ਲਿਖਾ ਲੈਂਦਾ ਅਤੇ ਸਮਝੋ ਉਹਨੇ ਕਣਕ ਬੀਜ ਦਿੱਤੀ ਹੈ। ਅਤੇ ਗੁਰੂ ਕੀ ਸੰਗਤ ਜਦੋਂ ਸੇਵਾ ਕਰਦਾ ਵਾ ਅਤੇ ਸਵੇਰੇ ਸ਼ਾਮ ਸਿਮਰਨ ਕਰਦਾ ਵਾ, ਸਤ ਸੰਗਤ ਕਰਦਾ ਵਾ, ਅਤੇ ਜਿਵੇਂ ਉਹ ਕਣਕ ਦੇ ਵਿੱਚੋਂ ਗੰਦ ਕੁੱਟੀ ਦਾ ਨਾਂ ਸਤ ਸੰਗਤ 'ਚ ਬਹਿ ਕੇ ਨਾਮ ਜਪ ਕੇ ਸਤ ਸੰਗਤ ਦੇ ਵਿੱਚ ਸੇਵਾ ਸਿਮਰਨ ਕਰਕੇ, ਅਤੇ ਸਮਝੋ ਆਪਣੇ ਜੀਵਨ ਦੇ ਅੰਦਰੋਂ ਉਹ ਗੰਦ ਫੁੱਟ ਰਿਹਾ। ਅਤੇ ਗੁਰੂ ਕੀ ਸੰਗਤ ਫਿਰ ਜਿਵੇਂ ਉਹ ਕਿਸਾਨ ਜਿਹੜਾ ਵਾ ਕਣਕ ਪੱਕ ਪੈਂਦੀ ਆ, ਜਦੋਂ ਸੇਵਾਦਾਰ ਸਵਾ ਮਹੀਨੇ ਦੀ ਸੇਵਾ ਕਰਕੇ ਜਾਂ ਛਿਆਂ ਮਹੀਨਾ ਦੀ ਸੇਵਾ ਕਰਕੇ, ਸਾਲ ਦੀ ਸੇਵਾ ਕਰਕੇ ਜਦੋਂ ਸੇਵਾ ਪੂਰੀ ਕਰਕੇ ਛੁੱਟੀ ਲੈ ਕੇ ਜਾਂਦਾ, ਸਮਝੋ ਉਹਦਾ ਬੋਲ ਬਣ ਗਿਆ। ਕਣਕ ਪੱਕ ਵੀ ਆ, ਗੁਰੂ ਘਰ ਸੇਵਾ ਕੀਤੀ, ਸਿਮਰਨ ਕੀਤਾ, ਸਭ ਕੁਛ, ਪਰ ਗੁਰੂ ਕੀ ਸੰਗਤ ਜਦੋਂ ਸੇਵਾ ਕਰਕੇ ਜਾਂਦਾ ਨਾ, ਫਿਰ ਵੀ ਉਹ ਗੁਰੂ ਕੀ ਸੰਗਤ ਹਿਰਦੇ ਰੂਪੀ ਕੋਠੀ ਦੇ ਅੰਦਰ ਗੁਰੂ ਸਾਹਿਬ ਦੀਆਂ ਬਖਸ਼ਾਂ ਪੈ ਜਾਂਦੀਆਂ ਨੇ। ਗੁਰੂ ਰੂਪੀ ਬਖਸ਼ਿਸ਼ ਜਿਹੜੀ ਆ ਇਹਦੇ ਹਿਰਦੇ ਵਿੱਚ, ਕਣਕ ਕੋਠੀ ਵਿੱਚ ਪਈ ਸੀ, ਹਿਰਦੇ ਰੂਪੀ ਕੋਠੀ ਦੇ ਅੰਦਰ ਗੁਰੂ ਸਾਹਿਬ ਦੀ ਬਖਸ਼ਿਸ਼ ਰੂਪੀ ਦਾਣੇ ਜਿਹੜੇ ਉਹ ਪੈ ਚੁੱਕੇ ਆ। ਤੇ ਗੁਰੂ ਕੀ ਸੰਗਤ ਸੇਵਾਦਾਰ ਜਿਹੜਾ ਫਿਰ ਉਹ ਕਿਸਾਨ ਦੀ ਤਰ੍ਹਾਂ ਜੇ ਤਾਂ ਖਿਆਲ ਰੱਖੇਗਾ, ਚੋਵੇ ਤੋਂ ਬਚਾਏਗਾ। ਚੋਵਾ ਕਿਹੜਾ ਵਾ? ਗੁਰੂ ਕੀ ਸੰਗਤ ਹਿਰਦੇ ਰੂਪੀ ਕੋਠੀ ਦੇ ਵਿੱਚ ਗੁਰੂ ਸਾਹਿਬ ਨੇ ਬਖਸ਼ਿਸ਼ ਕਰ ਦਿੱਤੀ, ਸੇਵਾ ਦੀ ਵੀ, ਸਿਮਰਨ ਦੀ ਵੀ, ਸਤ ਸੰਗਤ ਦੀ ਵੀ, ਸ਼ੁਭ ਕਰਮਾਂ ਦੀ, ਚੰਗਾ ਬੋਲ ਬਣ ਗਿਆ, ਹਿਰਦੇ ਰੂਪੀ ਕੋਠੀ 'ਚ ਦਾਣੇ ਪੈ ਗਏ ਆ। ਪਰ ਗੁਰੂ ਕੀ ਸੰਗਤ ਸੇਵਾਦਾਰ ਨੂੰ ਇੱਕ ਗੱਲ ਦਾ ਖਿਆਲ ਰੱਖਣਾ ਪੈਣਾ, ਚੋਵੇ ਦਾ। ਉਹ ਚੋਵਾ ਕਿਹੜਾ? ਕਾਮ ਦਾ ਚੋਵਾ, ਕ੍ਰੋਧ ਦਾ ਚੋਵਾ, ਲੋਭ ਦਾ ਚੋਵਾ, ਮੋਹ ਦਾ ਚੋਵਾ, ਹੰਕਾਰ ਦਾ ਚੋਵਾ, ਈਰਖਾ ਦਾ ਚੋਵਾ, ਵੈਰ ਦਾ ਚੋਵਾ, ਵਿਰੋਧ ਦਾ ਚੋਵਾ, ਚੁਗਲੀ ਦਾ ਚੋਵਾ, ਨਿੰਦਿਆ ਦਾ ਚੋਵਾ, ਅਤੇ ਚੋਰੀ ਦਾ ਚੋਵਾ, ਨਸ਼ਿਆਂ ਦਾ ਚੋਵਾ। ਗੁਰੂ ਕੀ ਸੰਗਤ ਦੇ ਸਾਰੇ ਚੋਵੇ ਜਿਹੜੇ ਆ ਨਾ, ਜੇ ਇਹ ਚੋਵੇ ਹਿਰਦੇ ਰੂਪੀ ਕੋਠੀ ਦੇ ਉੱਤੇ ਫਿਰ ਪੈ ਗਏ, ਅਤੇ ਗੁਰੂ ਕੀ ਸੰਗਤ ਜਿਹੜੀ ਗੁਰੂ ਸਾਹਿਬ ਦੀ ਬਖਸ਼ਿਸ਼ ਆ ਨਾ, ਜਨਮਾਂ ਜਨਮਾਂ ਦੀ ਆਪਾਂ ਇਕੱਠੀ ਕੀਤੀ, ਅਤੇ ਇਸ ਜਨਮ 'ਚ ਸੇਵਾ ਕਰਕੇ, ਸਿਮਰਨ ਕਰਕੇ, ਉਹ ਗੁਰੂ ਕੀ ਸੰਗਤ ਬਖਸ਼ਿਸ਼ ਰੂਪੀ ਦਾਣੇ ਜਿਹੜੇ ਆਪਣੇ ਸਾਰੇ ਖਰਾਬ ਹੋ ਜਾਂਦੇ, ਅਤੇ ਅਗਲੇ ਜਨਮਾਂ ਦੇ ਵਿੱਚ ਵੀ ਉਹ ਫਿਰ ਆਪਣੇ ਕੰਮ ਨਹੀਂ ਆਉਂਦੇ। ਕਿਉਂ? ਕਿ ਇਹ ਜਿਹੜਾ ਜਿੱਦਾਂ ਬਰਸਾਤ ਪੈਂਦੀ ਤੇ ਚੋਆ ਪੈ ਗਿਆ, ਦਾਣੇ ਖਰਾਬ ਹੋ ਗਏ, ਨਾ ਖਾਣ ਜੋਗੇ ਰਹੇ, ਨਾ ਬੀਜ ਜੋਗੇ ਰਹੇ। ਇਸੇ ਤਰ੍ਹਾਂ ਹੀ ਗੁਰੂ ਕੀ ਸੰਗਤ ਸੇਵਾਦਾਰ ਜਿਹੜਾ ਵਾ ਉਹ ਚੋਏ ਦਾ ਖਿਆਲ ਰੱਖੇ, ਉਹਨੂੰ ਕਾਮ ਨੂੰ ਛੱਡਣਾ ਪਏਗਾ, ਕ੍ਰੋਧ ਨੂੰ, ਲੋਭ ਨੂੰ, ਮੋਹ ਨੂੰ, ਹੰਕਾਰ, ਈਰਖਾ, ਵੈਰ, ਵਿਰੋਧ, ਚੁਗਲੀ, ਨਿੰਦਿਆ, ਝੂਠ, ਆਸਾ, ਤ੍ਰਿਸ਼ਨਾ, ਮਨਸਾ, ਸਾਰੀਆਂ ਚੀਜ਼ਾਂ ਦਾ ਤਿਆਗ ਕਰਕੇ, ਤਾਂ ਗੁਰੂ ਕੀ ਸੰਗਤ ਤਾਂ ਸੇਵਾ ਜਿਹੜੀ ਥਾਂ ਪੈਂਦੀ ਆ, ਤਾਂ ਉਹ ਸੇਵਾ ਜਿਹੜੀ ਆ ਲੋਕ ਤੇ ਪ੍ਰਲੋਕ ਸਹੇਲਾ ਕਰਦੀ ਆ। ਇਹਨਾਂ ਚੀਜ਼ਾਂ ਦਾ ਵੀ ਨਾਲ ਦੀ ਨਾਲ ਸੇਵਾਦਾਰਾਂ ਨੇ ਖਿਆਲ ਰੱਖਣਾ।
किते चोआ ना पैंदा जावे, किते अपने हिरदे रूपी दानी कोठी दे विच बख्शिश रूपी बख्शां पईआं खराब ना हो जाए। ते गुरु की संगत इन्हां चीज़ां दा ख्याल रखना वा, क्योंकि उन्हां महापुरशां ने इन्हां चीज़ां दा ख्याल रख्या। संत बाबा दलीप सिंह जी, संत बाबा जीवन सिंह जी, संत बाबा हरी सिंह जी, बाबा शीशा सिंह जी, महापुरशां ने इन्हां चीज़ां दा ख्याल रख्या, इह चोवे तों बच के रहे आ। तां करके आपां उन्हां दीआं यादां मना रहे, तां बरसियां मना रहे हां। संत बाबा दलीप सिंह जी जदों महापुरशां ने शिकार घाट शरीर छड़िया, ये सारा वचन गुरु की संगत बाबा शीशा सिंह जी ने आप अपनी रसना तो दसिया, ते दास ने कन्ना तो सुनिया। महापुरश कहिंदे जदों महापुरश संत बाबा दलीप सिंह जी शरीर चोला त्यागना सी शिकार कर दी पहाड़ी दे उत्ते, उस समय दे गुरु की संगत बाबा जीवन सिंह जी पुलते सेवा करा रहे सन। ते समा आ गया, बाबा दलीप सिंह जी ने बाबा जीवन सिंह जी नूं सुनेहा भेजा सेवादार दे हथ कि जाओ जहेदार नूं बुला के लैके आओ। एक दूसरे नूं जहेदार ही कहिंदे सन ज्यादा करके। ते गुरु की संगत जदों सेवादार बाबा जीवन सिंह जी नूं बुलाउण आ रहा सी, अंतरजामी महापुरश बाबा जीवन सिंह भी, दोवें ब्रह्म ग्यानी सी, असली गुरु की संगत डुप्लीकेट नहीं, असली सी, एक दूजे दिलों दीआं जानण वाले सी, सेवा ते सिमरन दे विच भिजियां होईआं रूहां सी। तां गुरु की संगत बाबा जीवन सिंह जी पुल तों चले डेरे वल नूं, पता लग गया महापुरश याद कर रहे, रस्ते दे विच सेवादार मिलिआ, कहिंदे महापुरशो बाबा दलीप सिंह जी तुहानूं याद कर रहे आ, कहिंदे भाई इसे करके जा रहे हो। जदों बाबा दलीप सिंह जी दे पलंगे कोल गए, जा के बाबा जीवन सिंह जी ने बाबा दलीप सिंह नूं फतेह बुलाई, अगों फतेह का जवाब दिता। बाबा दलीप सिंह जी कहन लगे, जथेदार जी अकाल पुरख का हुक्म आ गया, हुण आग्या दे दिओ, छुट्टियां बख्श दिओ। तां गुरु की संगत उस समय ते बाबा जीवन सिंह जी एक बने वेखो किड्डी वड्डी निर्मता की गल आ, ते दूजे बने ब्रह्म ग्यानियां की गल। बाबा जीवन सिंह जी कहन लगे, महापुरशो एडी वड्डी सेवा वा, असीं किले कले किदां करावांगे, कोई समां होर ठहर जाओ। कहिंदे आपां नूं कहड़ा कोई जाण वाला, कोई समां होर ठहर जाओ, मुड़ के कट्ठे चल चलांगे, इन्ना कोई वचन कर सकदा। बाबा जीवन सिंह ने वचन कीता, बाबा दलीप सिंह जी दे नाल कहिंदे महापुरशो को समा होर ठहर जाओ, सेवा करा के कट्ठे ही चले जावांगे, आपां नूं कड़ा कोल जाण वाला। बाबा दलीप सिंह जी कहन लगे, जथेदार जी आपां कट्ठे भी जा सकते हाँ, रुक भी सकते हाँ, पर निरंकार का भाणा मेट हो जाएगा, वड्डे संत बाबा गुरमुख सिंह जी नाराज़ हो जाएंगे। इस करके जो निरंकार का हुक्म आया वा, उन्हों सिर मत्थे मनना वा, आग्या दे दू। तो गुरु की संगत बाबा जीवन सिंह जी महापुरश कहिंदे, महापुरशो जिदा आप जी की रजा, बस रजा उन्होंने मुख विच सी, ते महापुरशों ने भाणा वरतारता शरीर चोला त्याग के। गुरु की संगत उस टाइम से संत बाबा शीशा सिंह जी पलंगे के कोल खड़े सी, ये सारे बचन अपने कन्ना नाल सुन रहे सन। ते गुरु की संगत उस समय से बाबा शीशा सिंह जी दसिया, कहिंदे असीं आप दर्शन किए, कहिंदे आकाश के विचों एक पालकी आई आ, मैटल दीआं पालकीआं नहीं, गुरु की संगत प्रकाश रूपी पालकी, पालकी आई है। ते गुरु की संगत पंज सिंह नाल आ, कहिंदे चिट्टे उन्होंने बस्तर आ, गोल दस्तारे बधे हुए आ, कमर कस्से लाए हुए आ, चिट्टे चिट्टे कछहरे उन्होंने पाए हुए आ। कहिंदे चाहो सिंघां ने वह पालकी चुकी हुई है, एक दे हाथ में चौर है। कहिंदे जिथे महापुरशां दा पलंगा सी, कहिंदे उन्हां पलंगा पलंगे दे कोल लियान के वह पालकी रख दित्ती। बाबा दलीप सिंह जी अपने ये पंजां तत्तां दे शरीर दे विचों अपनी गुरु की संगत सूक्ष्म शरीर जिहड़ा सी, जिहड़ा असली सरूप सी,
ਉਹ ਗੁਰੂ ਕੀ ਸੰਗਤ ਪੰਜਾਂ ਤੱਤਾਂ ਨੂੰ ਛੱਡ ਕੇ ਤੇ ਉਸ ਪਾਲਕੀ ਵਿੱਚ ਸ਼ੋਭਤ ਹੋ ਗਿਆ। ਤੇ ਗੁਰੂ ਕੀ ਸੰਗਤ ਜਦੋਂ ਬਾਬਾ ਦਲੀਪ ਸਿੰਘ ਜੀ ਉਸ ਪਾਲਕੀ ਵਿੱਚ ਸ਼ੋਭਤ ਹੋਏ ਆ ਤਾਂ ਗੁਰੂ ਕੀ ਸੰਗਤ ਉਸ ਸਮੇਂ ਤੇ ਚੌਂ ਸਿੰਘਾਂ ਨੇ ਮੋਢਾ ਲਾਇਆ ਤੇ ਚੌਰ ਕਰਨ ਵਾਲਾ ਚੌਰ ਕੀਤੀ ਜਾਂਦਾ ਵਾ ਤੇ ਪਾਲਕੀ ਫਿਰ ਆਕਾਸ਼ ਵੱਲ ਚੱਲਦੀ ਹੈ। ਤਾਂ ਗੁਰੂ ਕੀ ਸੰਗਤ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਕਹਿੰਦੇ ਅਸੀਂ ਆਪਣੀਆਂ ਅੱਖਾਂ ਨਾਲ ਇਹ ਸਾਰਾ ਸੀਨ ਤੱਕਿਆ ਦਰਸ਼ਨ ਕੀਤੇ ਤੇ ਗੁਰੂ ਕੀ ਸੰਗਤ ਇਹੋ ਜਿਹੇ ਮਹਾਂਪੁਰਸ਼ ਜਿਹੜੇ ਆ ਆਖਰੀ ਸਮੇਂ ਤੇ ਉਹਨਾਂ ਜਦੋਂ ਚੋਲਾ ਛੱਡਣਾ ਹੁੰਦਾ ਤੇ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੁੰਦੀ। ਜਿਵੇਂ ਸੱਪ ਜਿਹੜਾ ਵਾ ਉਹ ਆਪਣੀ ਕੁੰਜ ਛੱਡ ਕੇ ਤੇ ਲੰਬੇ ਹੋ ਜਾਂਦਾ, ਇਸੇ ਤਰ੍ਹਾਂ ਸਰੀਰ ਰੂਪੀ ਕੁੰਜ ਛੱਡ ਕੇ ਤੇ ਆਪ ਫਿਰ ਪੜਾਰੀ ਮਾਰ ਜਾਂਦਾ। ਤਾਂ ਗੁਰੂ ਕੀ ਸੰਗਤ ਜਿਉਂ ਬਾਬਾ ਜੀਵਨ ਸਿੰਘ ਜੀ ਮਹਾਂਪੁਰਸ਼ ਜਦੋਂ ਤਰਨ ਤਾਰਨ ਸਾਹਿਬ ਜਦੋਂ ਸਰੀਰਕ ਚੋਲਾ ਤਿਆਗਣਾ ਸੀ ਤੇ ਮਹਾਂਪੁਰਸ਼ਾਂ ਨੇ ਜਥੇਦਾਰ ਸਾਰੇ ਬੈਠੇ ਸੀ